ਦੋਸਤੋ, ਮੇਰਾ ਨਾਮ ਮਨਦੀਪ ਸਿੰਘ ਸੰਘਵਾਲ ਦਾ ਰਹਿਣ ਵਾਲਾ ਮੈਂ ਤਾਂ ਮੈਨੂੰ ਆਪਣੇ ਸੰਘਵਾਲ ਦੇ ਵਾਸੀਆਂ 'ਤੇ ਬਹੁਤ ਮਾਣ ਆ ਕਿ ਉਹਨਾਂ ਨੇ ਮੈਨੂੰ ਸੁਣਿਆ, ਲਾਈਕ ਕੀਤਾ, ਕਮੈਂਟ ਕੀਤਾ. ਮੈਂ ਬਹੁਤ ਦਿਲੋਂ ਧੰਨਵਾਦੀ ਹਾਂ ਜਿਹਨਾਂ ਨੇ ਮੈਨੂੰ ਲਾਈਕ ਕਮੈਂਟ ਕੀਤਾ. ਤਾਂ ਜਿਹਨਾਂ ਨੇ ਮੈਨੂੰ ਵਧੀਆ ਆ ਗਿਆ, ਘਟੀਆ ਆ ਗਿਆ, ਮੈਂ ਸਾਰਿਆਂ ਨੂੰ ਦੁਆ ਮੰਗਦਾ ਕਿ ਸਾਰੇ ਵਧੀਆ ਰਹਿਣ. ਤਾਂ ਉਹ ਸੁਣਦੇ ਇੱਕ ਪਿਆਰਾ ਜਿਹਾ ਸੌਂਗ ਤਾਂ ਰੂਬ ਰੂਬ ਕਰਨ ਜਾ ਰਿਹਾ ਆਪਣੇ ਕੋਲ ਚਾਲਾਂ ਲਿਖੀਆਂ. ਮੈਂ ਸੁਣ ਕੇ ਜ਼ਰਾ. ਜ਼ਿੰਦਗੀ ਸਾਡੀ ਵਿੱਚ ਆ ਗਈ ਤੂੰ, ਆ ਗਈ ਤੂੰ, ਆ ਗਈ ਤੂੰ, ਹੁਣ ਨਵਾਂ ਪਵਾੜਾ ਪਾ ਗਈ ਤੂੰ, ਪਾ ਗਈ ਤੂੰ, ਪਾ ਗਈ ਤੂੰ. ਸਾਡੀ ਜ਼ਿੰਦਗੀ ਦੇ ਵਿੱਚ ਆ ਗਈ ਤੂੰ, ਹੁਣ ਨਵਾਂ ਪਵਾੜਾ ਪਾ ਗਈ ਤੂੰ. ਤੇਰੇ ਬਾਝੋਂ ਅਸੀਂ ਨੀ ਜੀਣਾ ਸਿੱਖ ਲਿਆ ਮੁਟਿਆਰੇ, ਨੀ ਤੂੰ ਕਿਹੜੇ ਰਾਹ ਪੈ ਗਈ ਸਾਨੂੰ ਦੱਸ ਮੁਟਿਆਰੇ, ਤੂੰ ਕਿਹੜੇ ਰਾਹ ਪੈ ਗਈ ਸਾਨੂੰ ਦੱਸ ਮੁਟਿਆਰੇ, ਤੂੰ ਕਿਹੜੇ ਰਾਹ ਤੁਰ ਗਈ ਸਾਨੂੰ ਦੱਸ ਮੁਟਿਆਰੇ. ਅਸੀਂ ਪਹਿਲਾਂ ਤੇਰੇ ਕਿੱਤੇ ਉੱਤੇ ਹੌਂਸਲਾ ਕਰਦੇ ਸੀ, ਹੁਣ ਜਿਨ੍ਹਾਂ ਵਾਸਤੇ ਜੀਨੀ ਉਹ ਵੀ ਹੁਣ ਮਰ ਗਏ ਨੀ, ਉਹ ਵੀ ਹੁਣ ਮਰ ਗਏ ਨੀ. ਹੁਣ ਪਤਾ ਨਹੀਂ ਤੂੰ ਕੀ ਨਕਾਸ ਤੇ ਜੀਨੀ ਮੁਟਿਆਰੇ ਨੀ, ਉਹ ਤੇਰੇ ਵਾਸਤੇ ਜੀਂਦੇ ਸੀ ਉਹ ਫਿਰ ਵੀ ਮਰ ਗਏ ਨੀ. ਹੁਣ ਗਲੀਆਂ ਦੇ ਵਿੱਚ ਤੁਰ ਤੁਰ ਕੇ ਉਹ ਗਲੀਆਂ ਛਾਣੇ ਨੀ, ਨੀ ਤੂੰ ਕਿਹਦੇ ਵਾਸਤੇ ਤੁਰ ਗਈ ਸਾਨੂੰ ਦੱਸ ਮੁਟਿਆਰੇ ਨੀ, ਤੂੰ ਕਿਹੜੇ ਕੁਰਾਹੇ ਪੈ ਗਈ ਨੀ ਸਾਨੂੰ ਦੱਸ ਮੁਟਿਆਰੇ ਨੀ. ਤੈਨੂੰ ਸੱਚੀ ਗੱਲ ਦੱਸਦਾ ਕੁੜੇ ਸੰਘੋਵਾਲੀਆ ਨੀ, ਉਹਦੇ ਕੰਨ ਵਿੱਚ ਰੂਨੀ ਪਾਉਂਦਾ ਉਹ ਹੁਣ ਮਰੂ ਵਿਚਾਰਾ ਨੀ, ਮਰੂ ਵਿਚਾਰਾ ਨੀ. ਸੰਘੋਵਾਲੀਏ ਦੀ ਗੱਲ ਕੋਈ ਸੁਣਦਾ ਕੋਈ ਕੁਰਾਹਾ ਨੀ, ਉਹਦੇ ਕੰਨ ਵਿੱਚ ਰੂਨੀ ਰੱਖਦਾ ਉਹ ਤਾਂ ਮਰੂ ਵਿਚਾਰਾ ਨੀ. ਹੁਣ ਤੇਰੇ ਆਸਰੇ ਜ਼ਿੰਦਗੀ ਦਾ ਦੁੱਖ ਲੈਣਾ ਪੈ ਜੂ ਨੀ, ਤੂੰ ਕਿਹੜੇ ਕੁਰਾਹੇ ਪੈ ਗਈ ਨੀ ਸਾਨੂੰ ਦੱਸ ਮੁਟਿਆਰੇ ਨੀ, ਤੂੰ ਕਿਹੜੇ ਚੱਕਰਾਂ 'ਚ ਪੈ ਗਈ ਨੀ ਸਾਨੂੰ ਦੱਸ ਮੁਟਿਆਰੇ ਨੀ, ਤੂੰ ਕਿਹੜੇ ਰਾਹੇ ਪੈ ਗਈ ਨੀ ਸੰਘ ਵਾਲੀਆਂ ਦੱਸ ਮੁਟਿਆਰੇ ਨੀ, ਤੂੰ ਕਿਹੜੇ ਚੱਕਰਾਂ 'ਚ ਪੈ ਗਈ ਨੀ ਮਨਦੀਪ ਨੂੰ ਦੱਸ ਮੁਟਿਆਰੇ ਨੀ. ਹਾਏ